ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਲੰਮੇ ਸਮੇਂ ਤੋਂ ਬਾਅਦ ਆਪਣੀ ਚੁੱਪ ਤੋੜੀ ਹੈ ਅਤੇ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਉਹਨਾਂ ਨੇ ਕਾਂਗਰਸ ਪ੍ਰਮੁੱਖ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਸਿੱਧੂ ਦੀ ਇਸ ਮੀਟਿੰਗ ਤੋਂ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਜਾਣ ਦੀ ਗੱਲ ਮੱਠੀ ਪੈ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਇਸ ਬਜਟ ਸੈਸ਼ਨ ਦੇ ਦੌਰਾਨ ਬਹੁਤ ਕਸੂਤੇ ਘਿਰ ਰਹੇ ਨੇ, ਜਿਸ ਤਰ੍ਹਾਂ ਪੰਜਾਬ ਦੇ ਕੰਮਾਂ ਦੇ ਵਾਸਤੇ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਸਤੇ ਅਕਾਲੀ ਸਰਕਾਰ ਦੀਆਂ ਕਹੀਆਂ ਜਾਂਦੀਆਂ ਗਲਤੀਆਂ ਦੇ ਖਿਲਾਫ਼ ਉਹ ਕੋਈ ਵੀ ਕਦਮ ਨਹੀਂ ਪੁੱਟ ਰਹੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪ੍ਰਮੁੱਖ ਨੂੰ ਜਾ ਕੇ ਮਿਲਣਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਸਮੱਸਿਆ ਸਾੜਸਤੀ ਹੋ ਸਕਦਾ ਹੈ। ਇਸ ਤੋਂ ਲੱਗਦਾ ਕਿ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ 'ਤੇ ਅੜੇ ਹੋਏ ਨੇ ਅਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਖਰੀ ਹਥਿਆਰ ਸੋਨੀਆ ਗਾਂਧੀ ਕੋਲ ਜਾ ਕੇ ਵਰਤੇ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਸੋਨੀਆ ਗਾਂਧੀ ਨੂੰ ਮਿਲਣਾ ਇਹ ਸਪੱਸ਼ਟ ਹੈ ਅਤੇ ਉਸ ਤੋਂ ਬਾਅਦ ਬਿਆਨ ਜਾਰੀ ਕਰਨਾ ਇਹ ਸਪੱਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੀ ਟਿਕਿਆ ਰਹੇਗਾ, ਉਹ ਆਮ ਆਦਮੀ ਪਾਰਟੀ ਵੱਲ ਨਹੀਂ ਜਾਏਗਾ। ਕਾਫੀ ਲੰਮੇ ਅਰਸੇ ਤੋਂ ਜਿਹੜੇ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਉਹ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਸਰਕਾਰ ਦੇ ਨਾਲ ਜਾਂ ਕਾਂਗਰਸ ਦੀ ਜਿਹੜੀ ਇੱਥੇ ਘੱਟੋ ਘੱਟ ਪੰਜਾਬ ਦੀ ਇਕਾਈ ਹੈ ਉਹਦੇ ਨਾਲ ਰੁੱਖੇ ਹੋਏ ਸੀਗੇ, ਕਿਉਂਕਿ ਉਹਨਾਂ ਨੇ ਉਹਨੂੰ ਮੰਤਰੀ ਪਦ ਤੋਂ ਜਦੋਂ ਹਟੇ ਨੇ ਉੱਥੋਂ ਉਹਦੇ ਬਾਅਦ ਉਹਨਾਂ ਨੂੰ ਵਾਰ ਵਾਰ ਉਹਨਾਂ ਦਾ ਇੰਤਜ਼ਾਰ ਕੀਤਾ ਗਿਆ, ਦੁਬਾਰਾ ਨਹੀਂ ਉਹ ਵਾਪਸ ਜਦੋਂ ਉਹ ਆਏ ਚੁੱਪ ਕਰਕੇ ਉਹ ਐਗਜ਼ਾਈਲ 'ਚ ਚਲੇ ਗਏ। ਇੱਕ ਅਗਿਆਤਵਾਸ ਬਹੁਤ ਲੰਬੇ ਦੇ ਬਾਅਦ ਉਹ ਉੱਭਰ ਕੇ ਬਾਹਰ ਆਏ ਨੇ ਇੱਕ ਤਰ੍ਹਾਂ ਦਾ, ਵਿੱਚ ਇੱਕ ਵਾਰੀ ਆਏ ਸੀ ਪਰ ਉਹ ਫਿਰ ਦੁਬਾਰਾ ਤੋਂ ਚਲੇ ਗਏ ਸੀ ਕਰਤਾਰਪੁਰ ਲਾਂਘੇ ਦੇ ਵਸਤ, ਪਰ ਉਹ ਵੀ ਇੱਧਰ ਨਹੀਂ, ਉਹ ਵੀ ਜਿਹੜਾ ਸਰਹੱਦ ਦੇ ਬਾਹਰ ਉਹ ਇੱਕ ਵਾਰੀ ਜ਼ਰੂਰ ਗੂੰਜੇ ਸੀਗੇ। ਮਤਲਬ ਬੜਾ ਢੁਕਵੇਂ ਮੌਕੇ ਤੇ ਸਿੱਧੂ ਨੇ ਆਪਣਾ ਹਥਿਆਰ ਚਲਾਇਆ, ਜਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ। ਖੁਸ਼ਗਵਾਰ ਮੂਡ ਦੇ ਵਿੱਚ ਸਿੱਧੂ, ਸੋਨੀਆ ਅਤੇ ਪ੍ਰਿਯੰਕਾ ਆਪਸ ਦੇ ਵਿੱਚ ਮਿਲ ਰਹੇ ਨੇ ਅਤੇ ਤਸਵੀਰ ਅਤੇ ਪ੍ਰੈਸ ਨੋਟ ਵੀ ਉਹਨਾਂ ਨੇ ਜਾਰੀ ਕੀਤਾ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ, ਕਿਉਂਕਿ ਭਾਰਤ ਭੂਸ਼ਣ ਆਸ਼ੂ ਹਮੇਸ਼ਾ ਵਿਵਾਦਤ ਰਹੇ ਨੇ, ਇਸ ਤਰ੍ਹਾਂ ਦੇ ਮਿਨਿਸਟਰਾਂ ਨੂੰ ਕੈਪਟਨ ਸਾਹਿਬ ਸ਼ੈਲਟਰ ਕਰ ਰਹੇ ਨੇ। ਦੂਸਰਾ, ਪੰਜਾਬ ਦੇ DGP ਦਿਨਕਰ ਗੁਪਤਾ ਸਾਹਿਬ ਦਾ ਬਿਆਨ, ਉਸ ਤੋਂ ਬਾਅਦ ਕਰਤਾਰਪੁਰ ਗੁਰੂ ਘਰ ਦੇ ਦਰਸ਼ਨ ਕਰਕੇ ਆਏ ਹੋਏ ਕੁਛ ਲੋਕਾਂ ਦੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਪੁੱਛਗਿੱਛ, ਇਹ ਸਵਾਲ ਖੜ੍ਹੇ ਹੁੰਦੇ ਨੇ, ਕਿਉਂਕਿ ਦਿਨਕਰ ਗੁਪਤਾ 8 ਸਾਲ ਦੇ ਕਰੀਬ IB ਦੇ ਵਿੱਚ ਰਹਿ ਕੇ ਆਏ ਨੇ, ਇੰਟੈਲੀਜੈਂਸ ਬਿਊਰੋ ਜੋ ਸੈਂਟਰ ਦੀ ਮੁੱਖ ਏਜੰਸੀ ਹੈ। ਸੋ ਕਿਤੇ ਨਾ ਕਿਤੇ ਸਾਰਾ ਪ੍ਰੈਸ਼ਰ ਬਣ ਰਿਹਾ। ਸੋ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਨੇ ਕਰਤਾਰਪੁਰ ਕੋਰੀਡੋਰ ਦੇ ਮੁਤਾਬਕ ਕਿ $20 ਫੀਸ ਘਟਾਓ, ਇਹ ਤਾਂ ਸ਼ਾਇਦ ਕਾਰਨ ਹੋਰ ਨੇ ਮਿਲਣ ਦਾ ਸੁਭਾਵ ਹੋਰ ਹੈ। ਸਤਿ ਸ਼੍ਰੀ ਅਕਾਲ, ਸਲਾਮ, ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਾਨਿਸ਼ਵੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲੇ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ ਅਤੇ ਚੈਨਲ ਪੰਜਾਬੀ TV ਕੈਨੇਡਾ ਦੇ ਸਤਿਕਾਰਯੋਗ ਦਰਸ਼ਕੋ, ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ 5 ਦਿਨ ਰਾਤੀ 8:30 ਤੋਂ ਲੈ ਕੇ 9:30 ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦਾ ਲਾਈਵ ਤੁਸੀਂ ਸਾਡੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ 'ਤੇ ਵੇਖ ਸਕਦੇ ਹੋ ਅਤੇ ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ YouTube 'ਤੇ ਵੇਖ ਸਕਦੇ ਹੋ। ਚੈਨਲ ਪੰਜਾਬੀ TV ਨੂੰ ਪੂਰੇ ਕੈਨੇਡਾ ਭਰ ਦੇ ਵਿੱਚ ਵੇਖਣ ਵਾਸਤੇ ਕੇਬਲ ਨੈੱਟਵਰਕ ਰੋਜ਼ਰ, ਬੈੱਲ, ਸ਼ਾਹ ਅਤੇ ਟੈਲਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ। ਅਤੇ ਇਸੇ ਤਰ੍ਹਾਂ ਸਵੇਰ ਦੇ ਵਕਤ ਭਾਰਤੀ ਸਮਾਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣਾ ਪ੍ਰੋਗਰਾਮ ਹੁੰਦਾ ਹੈ ਹੈਲੋ ਗਲੋਬਲ ਪੰਜਾਬ। ਇਹ ਦੋਨੋਂ ਹੀ ਸਵੇਰੇ ਅਤੇ ਸ਼ਾਮ ਦੇ 1-1 ਘੰਟੇ ਦੇ ਪ੍ਰੋਗਰਾਮ ਨੇ, ਜਿਸ ਦੇ ਵਿੱਚ ਵੱਖ ਵੱਖ ਮੁੱਦਿਆਂ 'ਤੇ ਚਰਚਾ ਹੁੰਦੀ ਹੈ। ਤੁਸੀਂ ਵੀ ਇਸ ਦੇ ਵਿੱਚ ਭਾਗ ਲੈ ਸਕਦੇ ਹੋ। ਉਸ ਦੇ ਵਾਸਤੇ ਸਾਡੇ ਫੋਨ ਨੰਬਰ ਨੇ, ਪਟਿਆਲਾ ਸਟੂਡੀਓ ਦਾ ਨੰਬਰ ਹੈ 0175-5156, ਅਮਰੀਕਾ ਦਾ ਨੰਬਰ ਹੈ 201-301-2785। ਅਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਮਾਹਰ ਮਹਿਮਾਨਾਂ ਨੂੰ ਵੀ ਆਪਾਂ ਸੱਦਦੇ ਹਾਂ। ਅੱਜ 2 ਵਿਸ਼ਿਆਂ 'ਤੇ ਗੱਲਬਾਤ ਹੋਣੀ ਹੈ, ਇੱਕ 'ਤੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਲੰਮੇ ਸਮੇਂ ਤੋਂ ਬਾਅਦ ਆਪਣੀ ਚੁੱਪ ਤੋੜੀ ਹੈ ਅਤੇ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਉਹਨਾਂ ਨੇ ਕਾਂਗਰਸ ਪ੍ਰਮੁੱਖ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਸਿੱਧੂ ਦੀ ਇਸ ਮੀਟਿੰਗ ਤੋਂ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਜਾਣ ਦੀ ਗੱਲ ਮੱਠੀ ਪੈ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਇਸ ਬਜਟ ਸੈਸ਼ਨ ਦੇ ਦੌਰਾਨ ਬਹੁਤ ਕਸੂਤੇ ਘਿਰ ਰਹੇ ਨੇ, ਜਿਸ ਤਰ੍ਹਾਂ ਪੰਜਾਬ ਦੇ ਕੰਮਾਂ ਦੇ ਵਾਸਤੇ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਸਤੇ ਅਕਾਲੀ ਸਰਕਾਰ ਦੀਆਂ ਕਹੀਆਂ ਜਾਂਦੀਆਂ ਗਲਤੀਆਂ ਦੇ ਖਿਲਾਫ਼ ਉਹ ਕੋਈ ਵੀ ਕਦਮ ਨਹੀਂ ਪੁੱਟ ਰਹੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪ੍ਰਮੁੱਖ ਨੂੰ ਜਾ ਕੇ ਮਿਲਣਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਸਮੱਸਿਆ ਸਾੜਸਤੀ ਹੋ ਸਕਦਾ ਹੈ।
इस तो लगता कि अजे भी कैप्टन अमरिंदर सिंह अपनी गल ते अड़े हुए ने ते नवजोत सिंह सिद्धू ने अपने आखिरी हथियार सोनिया गांधी को जाके वरते ने क्योंकि नवजोत सिंह सिद्धू का सोनिया गांधी को मिलना यह स्पष्ट है तो उस तो बाद बयान जारी करना स्पष्ट है कि नवजोत सिंह सिद्धू कांग्रेस के ही टिकया रहेगा वो आम आदमी पार्टी वाल नहीं जाएगा इस विषय पर गलबात होगी तो दूसरा विधानसभा दे विच जो कुछ हो रहा उस पर भी गलबात होगी तो दूसरा अहम मुद्दा कि दिल्ली दे विच होए दंगियां दे दौरान 38 लोगों की जान जा चुकी है। दिल्ली सरकार ने केंद्र सरकार ने स्पष्ट किया कि भड़काऊ भाषण देने वाले कपिल मिश्रा प्रबोध वर्मा अनुराग ठाकर वर्गे लोगों पर मुकदमे दर्ज करन दे नाल कानून की स्थिति बिगड़ सकती है जाने के इन्हों अग लाने वालों तो इन गुंडे अंसरों तो सरकार भी डरती है सरकार अपने दागियों को बचाना चाहती है हालांकि 48 FIR हुई ने जोड़े दोषी ने उन्होंने FIR क्यों नहीं हाई कोर्ट के जज मुरली होर जड़ा हैगा तबादला कर दिता गया क्योंकि उन्होंने अद्धी रात को पीड़ितों के हक के हाँ का नारा मार वास्ते उन्होंने हस्पताल होर हस्पताल ले जाने के वास्ते हुक्म दिते सन। सो मुरलीधरन होर तबादला केंद्र सरकार की आलोचना का कारण बन रहा इन दंगिया के मामले के जी इस्लामिक फ्रंट वाले लोग ने वह भी इकट्ठे हुए ने इस बारे भी चर्चा होगी क्योंकि ये एक इस्लामिक मुद्दा भी बनता जा रहा है। सो इस दौरान चैनल पंजाबी तो न्यूज़ हेड बिंदू सिंह स्वागत है जी तुहाडा सत श्री अकाल बिंदू जी स्वागत है तुहाडा सत श्री अकाल बिंदू जी मेरी आवाज़ आ रही है हैलो थोड़ी फोन लाइन दिक्कत लगती है दोबारा उन्होंने जोड़ते हैं कुछ माहर मेहमान कुछ नेता इस मामले जोड़ांगे कि क्यों दिल्ली दे हो रहे दंगियां दे वास्ते जिम्मेवार लोगों नू क्यों नहीं FIR दर्ज करके उन्होंने सवाल खड़े किए जाते तो दूजे बन्ने तुसी फेसबुक पेज वेख लो कपिल शर्मा होरां दा जिहड़ा लाम लश्कर है वधदा जा रहा उसनू हीरो दे तौर पर उभारिया जा रहा कि कपिल जो तुसी कुछ कर रहे हो देश तुहाडे नाल है धर्म तुहाडे नाल है। इस मामले दे विच ताहिर हुसैन आम आदमी पार्टी दे MC जिन्हां दे घर नू साड़िया गया दफ्तर नू साड़िया गया उन्हां दे उत्ते दोष लग रहे ने कपिल शर्मा होरां दी तरफों कि यह कपिल मिश्रा होरां दी तरफों सॉरी कि यह जिहड़ा ताहिर हुसैन आम आदमी पार्टी का MC है इस दे घर ही उन्हां तीन लोगों नू जिहड़ा मारिया गया जिन्हां दे विच अंकित शर्मा जो कि IB का सिपाही सीगा उस दा कतल होया तीन लोगों का होर कतल होया इस दे दोष दे मामले दे विच अरविंद केजरीवाल ने आख्या कि जे साडी पार्टी का कोई व्यक्ति इन्हां दंगियां दे विच शामिल है तो उस नू दुगणी सज़ा मिलनी चाहीदी है कुछ जगह पर केजरीवाल साहब का भी विरोध हो रहा है। सो इस मामले नू लैके बिंदू जी स्वागत है तुहाडा बिंदू जी स्वागत है तुहाडा हैलो आवाज़ नहीं आ रही दिक्कत लगती है कोई दूसरा पंजाब विधानसभा दे विच एक अहम मसला उठाया अमन अरोड़ा आम आदमी पार्टी एक बिल लैके आई कि जिस तरह पंजाब दे विच आवारा गावां दा अतवाद वधदा जा रहा है इन्हां गावां नू नकेल पाउण दे वास्ते आम आदमी पार्टी वल्लों जद्दोजहद कीती गई है। अमरजीत सिंह संदोआ अमन अरोड़ा ने यह बिल लिया पक्ष रखिया कि अमेरिकन गावां गावां नहीं है इन्हां नू स्लाटर हाउस भेजा जा सकता तां इस मामले दे विच जिहड़े NK शर्मा ने अकाली दल दे आगू ने उन्हां दीयां धार्मिक भावनावां काफ़ी भड़कियां ने उन्होंने आख्या कि यह हिंदुत्व विरोधी है धर्म विरोधी है इंसानियत विरोधी है पर जे लॉजिक आधार पर वेख्या जाए हैलो तुसीं ऑन रहो जी हाँ जी गल करो प्लीज अपनी स्वागत गल जिहड़ा ना दिल्ली दे विच जिहड़े जज नूं मूव कीता गया आ इत्थों पता लगदा वी जिहड़ा साडा हाई कोर्ट सुप्रीम कोर्ट सारा कुछ इह ना अपने निर्धारित तौर ते नहीं कोई बयान दे सकदा जां कोई सज़ा नहीं दे सकदा इह गौरमेंट करवाउंदी आ सारा कुछ इह तां दिल्ली दे दंगियां दा इत्थां दा काम होया पर जिहड़ी ना केजरीवाल दी जित होई आ उह पच नहीं रही लोकां कोलों कुछ बंदे हैगे गुंडे जिहड़े BJP पार्टी वधिया सी उहनूं ना खराब कर रहे हैं पर उहनां दे नख नहीं पाई जा रही इस करके सारा ढांचा बिगड़िया पिया ਇਹ ਹਾਲਾਤ ਬਾਹਰ ਤੱਕ ਵੀ ਸਾਰੇ ਨਾ ਲੋਕੀ ਜਿੰਨੇ ਅਰਬ ਕੰਟਰੀਆਂ ਉਹ ਵੀ ਇਕੱਠੀਆਂ ਹੋਣ ਦੇ ਮੂਡ ਵਿੱਚ ਹੋ ਜਾਣਗੀਆਂ ਜੇ ਮੁਸਲਮਾਨਾਂ ਦੇ ਉੱਪਰ ਆਹ ਤਸ ਚੱਲਦਾ ਰਿਹਾ ਨਿਆਂ ਹੋਣਾ ਚਾਹੀਦਾ ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਉਹਦਾ ਨਿਆਂ ਜ਼ਰੂਰ ਹੋਣਾ ਚਾਹੀਦਾ ਔਰ ਬਾਉਂਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਪਰ
ਸਾਡੇ ਜਿਹੜੇ ਅਫਸਰ ਆ ਉਹ ਵੀ ਜਿੱਦਾਂ ਹੁਣ ਕੈਪਟਨ ਨੇ ਵੀ ਜਿਹੜਾ ਲੁਧਿਆਣੇ ਦਾ ਮੰਤਰੀ ਆ ਉਹਨੂੰ ਵੀ ਬਚਾ ਲਿਆ, ਕਈ ਪਾਸੇ ਆਹ ਡੀਜੀਪੀ ਸੀਗਾ ਉਹਨੂੰ ਵੀ ਬਚਾ ਲਿਆ। ਇਹ ਜਿਹੜਾ ਨਾ ਗੰਦੀ ਰਾਜਨੀਤੀ ਆ, ਵੀ ਪਾਵਰ ਆ ਤਾਂ ਆਪਣੀ ਮਰਜ਼ੀ ਨਾਲ ਕੰਮ ਕਰੀ ਚਲੋ, ਸਾਰੇ ਆਪਣੀ ਮਰਜ਼ੀ ਨਾਲ ਸਜ਼ਾ ਦਿਓ, ਆਪਣੀ ਮਰਜ਼ੀ ਨਾਲ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਆਪਣੇ ਨਾਲ। ਬਿੰਦੂ ਜੀ ਸਵਾਗਤ ਹੈ ਤੁਹਾਡਾ। ਬਿੰਦੂ ਜੀ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਦੇ ਨਾਲ ਮੁਲਾਕਾਤ ਹੋਈ ਹੈ, ਕੀ ਸਿਆਸੀ ਹਾਲਾਤ ਵੇਖਦੇ ਹੋ? ਲੱਗਦਾ ਕਿ ਆਮ ਆਦਮੀ ਪਾਰਟੀ 'ਚ ਸਿੱਧੂ ਸਾਹਿਬ ਨਹੀਂ ਜਾਣਗੇ, ਕਾਂਗਰਸ 'ਚ ਬਣੇ ਰਹਿਣਗੇ, ਕੈਪਟਨ ਅਮਰਿੰਦਰ ਦੀਆਂ ਸਮੱਸਿਆਵਾਂ ਵਧਣਗੀਆਂ ਇਸ ਦੇ ਨਾਲ, ਕੀ ਲੱਗਦਾ? ਜੀ ਟਿਵਾਣਾ ਸਾਹਿਬ, ਅਸਲ 'ਚ ਦੇਖੋ ਕਾਫੀ ਲੰਮੇ ਅਰਸੇ ਤੋਂ ਜਿਹੜੇ ਸਿੱਧੂ ਨੇ, ਨਵਜੋਤ ਸਿੰਘ ਸਿੱਧੂ, ਉਹ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ ਸਰਕਾਰ ਦੇ ਨਾਲ ਜਾਂ ਕਾਂਗਰਸ ਦੀ ਜਿਹੜੀ ਇੱਥੇ ਘੱਟੋ ਘੱਟ ਪੰਜਾਬ ਦੀ ਇਕਾਈ ਹੈ ਉਹਦੇ ਨਾਲ ਰੁੱਸੇ ਹੋਏ ਸੀਗੇ ਜੀ, ਕਿਉਂਕਿ ਉਹਨਾਂ ਨੇ ਉਹਨੂੰ ਮੰਤਰੀ ਪਦ ਤੋਂ ਜਦੋਂ ਹਟੇ ਨੇ ਉੱਥੋਂ, ਉਹਦੇ ਬਾਅਦ ਉਹਨਾਂ ਨੂੰ ਵਾਰ ਵਾਰ ਉਹਨਾਂ ਦਾ ਇੰਤਜ਼ਾਰ ਕੀਤਾ ਗਿਆ, ਦੁਬਾਰਾ ਨਹੀਂ ਵਾਪਸ ਜਦੋਂ ਉਹ ਆਏ ਤੇ ਚੁੱਪ ਕਰਕੇ ਉਹ ਐਗਜ਼ਾਈਲ 'ਚ ਚਲੇ ਗਏ। ਇੱਕ ਅਗਿਆਤਵਾਸ ਬਹੁਤ ਲੰਬੇ ਦੇ ਬਾਅਦ ਉਹ ਉੱਭਰ ਕੇ ਬਾਹਰ ਆਏ ਨੇ ਇੱਕ ਤਰ੍ਹਾਂ ਦਾ, ਵਿੱਚ ਇੱਕ ਵਾਰੀ ਆਏ ਸੀ ਪਰ ਫਿਰ ਉਹ ਦੁਬਾਰਾ ਤੋਂ ਚਲੇ ਗਏ ਸੀ ਕਰਤਾਰਪੁਰ ਲਾਂਘੇ ਦੇ ਵਕਤ, ਪਰ ਉਹ ਵੀ ਇੱਧਰ ਨਹੀਂ, ਉਹ ਵੀ ਜਿਹੜਾ ਸਰਹੱਦ ਦੇ ਬਾਹਰ ਉਹ ਇੱਕ ਵਾਰੀ ਜ਼ਰੂਰ ਗੂੰਜੇ ਸੀਗੇ ਜੀ। ਪਰ ਹੁਣ ਇਹ ਬਹੁਤ ਵੱਡੀ ਇੱਕ ਤਬਦੀਲੀ ਆਈ ਹੈ ਜਿਹੜੀ ਕਿ ਇੱਕਦਮ ਉਹ ਆ ਕੇ ਮਿਲ ਕੇ ਆਏ ਹੈ ਸੋਨੀਆ ਗਾਂਧੀ ਨੂੰ, ਹਾਈਕਮਾਂਡ ਨੂੰ ਤੇ ਖਾਸ ਕਰਕੇ ਪ੍ਰਿਯੰਕਾ ਵਾਡਰਾ ਨੂੰ, ਕਿਉਂਕਿ ਉਹ ਜਿਹੜੇ ਨੇ ਉੱਥੇ ਲੀਡਰ ਨੇ ਕਾਂਗਰਸ ਦੇ ਇੱਕ ਮੇਨ ਜਿਹੜੇ ਉੱਥੇ ਦੇ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਇਸ ਟਾਈਮ ਬਜਟ ਜਿਹੜਾ ਇਜਲਾਸ ਹੈਗਾ ਪੰਜਾਬ ਦਾ ਉਹ ਆਲਰੇਡੀ ਚੱਲ ਰਿਹਾ, ਔਰ ਉਹਦੇ ਵਿੱਚ ਜਦੋਂ ਸਾਰੇ ਦਾ ਸਾਰਾ ਜਿਹੜੇ ਪੋਲੀਟੀਕਲ ਟਰਫ ਹੈਗੀ ਉਹ ਕਈ ਮੁੱਦਿਆਂ ਤੇ ਆਲਰੇਡੀ ਪੱਕੀ ਹੋਈ ਹੈ, ਉਹਦੇ ਵਿੱਚ ਏਦਾਂ ਨਿੱਤਰ ਕੇ ਇੱਕ ਵਾਰੀ ਆਉਣਾ ਦਿੱਲੀ ਹਾਈਕਮਾਂਡ ਨੂੰ ਮਿਲਣ ਦੇ ਬਾਅਦ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਮੈਸੇਜ ਦਿੰਦਾ ਆਪਣੇ ਆਪ ਦੇ ਵਿੱਚ। ਪਰ ਹਜੇ ਕਿਆਸਰਾਈਆਂ ਹੀ ਚੱਲ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਉਹ ਪ੍ਰਧਾਨ ਦੇ ਤੌਰ ਤੇ ਆ ਜਾਣ, ਪੰਜਾਬ ਜਿਹੜੀ ਹੈਗੀ ਹੈ ਇਕਾਈ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਵੀ ਆ ਸਕਦੇ ਹੈ, ਜਾਂ ਹੋ ਸਕਦਾ ਡੈਪਟੀ ਜਿਹੜਾ ਹੈਗਾ ਚੀਫ ਮਿਨਿਸਟਰ ਦੇ ਤੌਰ ਤੇ ਆ ਜਾਣ। ਸਭ ਤੋਂ ਵੱਡੀ ਗੱਲ ਹੈ ਖਾਸ ਕਰਕੇ ਜਦੋਂ ਆਸ਼ੂ ਦਾ ਮਾਮਲਾ ਇੰਨਾ ਭਖਿਆ ਹੋਇਆ, ਡੀਜੀਪੀ ਦਾ ਮਾਮਲਾ ਇੰਨਾ ਭਖਿਆ ਹੋਇਆ ਸੀਗਾ, ਵਿਰੋਧੀ ਧਿਰਾਂ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਸੀਗੀਆਂ ਵਾਰ ਵਾਰ ਸਰਕਾਰ ਨੂੰ, ਔਰ ਤਾਚ ਆ ਗਏ ਸੀਗੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ, ਆਪਣੇ ਆਪ ਆਪਣੇ ਤਰੀਕੇ ਦੇ ਨਾਲ ਮੁੱਖ ਮੰਤਰੀ ਨੇ ਜਵਾਬ ਦਿੱਤਾ, ਉਹਨਾਂ ਨੂੰ ਜਵਾਬ ਦੇਣ ਆਉਣਾ ਪਿਆ। ਉਸ ਸਥਿਤੀ ਦੇ ਵਿੱਚ ਇੱਕ ਪੂਰਾ ਦਾ ਪੂਰਾ ਏਜੰਡਾ ਜਾਂ ਇੱਕ ਪੂਰਾ ਦਾ ਪੂਰਾ ਜਿਹੜਾ ਰੋਡ ਮੈਪ ਬਣਾ ਕੇ ਉਹ ਹਾਈਕਮਾਂਡ ਨੂੰ ਦੇ ਕੇ ਆਉਣਾ, ਉਹਦੇ ਵਿੱਚ ਡੈਫੀਨੇਟਲੀ ਆਪਾਂ ਇਹ ਚੀਜ਼ ਸਾਰੇ ਜਣੇ ਦੇਖ ਸਕਦੇ ਹਾਂ ਜਾਂ ਸੋਚ ਸਕਦੇ ਹਾਂ, ਸਮਝ ਸਕਦੇ ਹਾਂ, ਜੇ ਬਿਟਵੀਨ ਦਾ ਲਾਈਨ ਪੜੀਆਂ ਜਾਣ ਤੇ ਉਹ ਦੇਖਿਆ ਜਾ ਸਕਦਾ ਵੀ ਜੋ ਹਾਲਾਤ ਮੌਜੂਦਾ ਚੱਲ ਰਹੇ ਨੇ ਕਾਂਗਰਸ ਦੇ ਵਿਦਿਨ ਵੀ ਤੇ ਜੋ ਇਸ ਟਾਈਮ ਫਲੋਰ ਆਫ ਦਾ ਹਾਊਸ ਤੇ ਦਿਖੇ ਨੇ, ਉਹ ਸਾਰੀ ਕੱਲੀ ਕੱਲੀ ਚੀਜ਼ ਤੇ ਪਿਛਲੇ ਟਾਈਮਸ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਹਾਈਕਮਾਂਡ ਦੇ ਧਿਆਨ ਵਿੱਚ ਨਵਜੋਤ ਸਿੰਘ ਸਿੱਧੂ ਨੇ ਲੈ ਕੇ ਜ਼ਰੂਰ ਆਏ ਹੋਣਗੇ, ਕੋਈ ਸ਼ੱਕ ਨਹੀਂ ਹੈ। ਬਿੰਦੂ ਜੀ, ਜਾਂਦੇ ਜਾਂਦੇ ਮੈਨੂੰ ਲੱਗਦਾ ਤੁਸੀਂ ਵੀ ਜ਼ਰੂਰ ਕਮੈਂਟ ਕਰੋ ਕਿ ਜਿਸ ਤਰ੍ਹਾਂ ਬੜੇ ਖੁਸ਼ ਮੂਡ ਦੇ ਵਿੱਚ ਪ੍ਰਿਯੰਕਾ ਅਤੇ ਸੋਨੀਆ ਨੂੰ ਮਿਲੇ ਨੇ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਕਿਆ ਸਰਾਈਆਂ ਰੱਦ ਨੇ ਸਿੱਧੂ ਦੀਆਂ, ਸੰਖੇਪ 'ਚ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਉਹਨਾਂ ਦੀ ਬਹੁਤ ਲੰਬੀ ਮੁਲਾਕਾਤ ਜਿਹੜੀ ਹੈ ਉਹ ਹੋਈ ਪ੍ਰਿਯੰਕਾ ਵਾਡਰਾ ਦੇ ਨਾਲ, ਇੱਕ ਤੋਂ ਡੇਢ ਘੰਟੇ ਦੀ ਮੁਲਾਕਾਤ ਦੱਸੀ ਜਾ ਰਹੀ ਹੈ ਸੋਨੀਆ ਗਾਂਧੀ ਦੇ ਨਾਲ, ਔਰ ਬੜੇ ਹੀ ਉਹ ਇਸ ਨੂੰ ਲੈ ਕੇ ਪੂਰੀ ਤਰੀਕੇ ਦੇ ਨਾਲ ਸੈਟਿਸਫਾਈਡ ਨੇ, ਸੰਤੁਸ਼ਟ ਨਜ਼ਰ ਆ ਰਹੇ ਨੇ, ਤੇ ਉਹਨਾਂ ਨੇ ਆਪਣੀਆਂ ਫੋਟੋਆਂ ਨਸ਼ਰ ਕੀਤੀਆਂ ਨੇ ਅੱਜ ਉਹਨਾਂ ਦੇ ਨਾਲ, ਤੇ ਉਸ ਦੇ ਨਾਲ ਤਾਂ ਬਿਲਕੁਲ ਹੀ ਲੱਗਦਾ ਕਿ ਉਹ ਕਾਂਗਰਸ ਵਿੱਚ ਹੀ ਬਣੇ ਰਹਿਣਗੇ, ਔਰ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਕੋਈ ਵੱਡਾ ਅਹੁਦਾ ਜਾਂ ਉਹ 22 ਦੀ ਜਿਹੜੀ ਪੋਲੀਟੀਕਲ ਟਰਫ ਹੋਏਗੀ ਕਾਂਗਰਸ ਦੀ, ਥੈਂਕ ਯੂ ਬਿੰਦੂ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸੋ ਲੱਗਦਾ ਕਿ ਹੁਣ ਕਾਂਗਰਸ ਦੇ ਵਿੱਚ ਹੀ ਉਹ ਰਹਿਣਗੇ, ਜਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ। ਖੁਸ਼ਗਵਾਰ ਮੂਡ ਦੇ ਵਿੱਚ ਸਿੱਧੂ, ਸੋਨੀਆ ਅਤੇ ਪ੍ਰਿਯੰਕਾ ਆਪਸ ਦੇ ਵਿੱਚ ਮਿਲੇ ਨੇ, ਅਤੇ ਤਸਵੀਰ ਅਤੇ ਪ੍ਰੈਸ ਨੋਟ ਵੀ ਉਹਨਾਂ ਨੇ ਜਾਰੀ ਕੀਤਾ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ, ਕਿਉਂਕਿ ਭਾਰਤ ਭੂਸ਼ਣ ਆਸ਼ੂ ਹਮੇਸ਼ਾ ਵਿਵਾਦਿਤ ਰਹੇ ਨੇ, ਇਸ ਤਰ੍ਹਾਂ ਦੇ ਮਿਨਿਸਟਰਾਂ ਨੂੰ ਕੈਪਟਨ ਸਾਹਿਬ ਸ਼ੈਲਟਰ ਕਰ ਰਹੇ ਨੇ। ਦੂਸਰਾ, ਪੰਜਾਬ ਦੇ DGP ਦਿਨਕਰ ਗੁਪਤਾ ਸਾਹਿਬ ਦਾ ਬਿਆਨ, ਉਸ ਤੋਂ ਬਾਅਦ ਕਰਤਾਰਪੁਰ ਗੁਰੂ ਘਰ ਦੇ ਦਰਸ਼ਨ ਕਰਕੇ ਆਏ ਹੋਏ ਕੁਛ ਲੋਕਾਂ ਦੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਪੁੱਛਗਿੱਛ, ਇਹ ਸਵਾਲ ਖੜ੍ਹੇ ਹੁੰਦੇ ਨੇ, ਕਿਉਂਕਿ ਦਿਨਕਰ ਗੁਪਤਾ 8 ਸਾਲ ਦੇ ਕਰੀਬ IB ਦੇ ਵਿੱਚ ਰਹਿ ਕੇ ਆਏ ਨੇ, ਇੰਟੈਲੀਜੈਂਸ ਬਿਊਰੋ ਜੋ ਸੈਂਟਰ ਦੀ ਖੁਫੀਆ ਏਜੰਸੀ ਹੈ। ਸੋ ਕਿਤੇ ਨਾ ਕਿਤੇ ਸਾਰਾ ਪ੍ਰੈਸ਼ਰ ਬਣ ਰਿਹਾ। ਸੋ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਕਰਤਾਰਪੁਰ ਕੋਰੀਡੋਰ ਦੇ ਮੁਤਲਕ ਕਿ $20 ਫੀਸ ਘਟਾਓ, ਇਹ ਤਾਂ ਸ਼ਾਇਦ
कारण होर ने मिलने का सबब हो रहा है। सो ये सवाल उठ रहे हैं। सो पंजाब दे विच कांग्रेस की स्थिति डिग रही है। डी जी पी गुप्ता के इस तरह के बयान के नाल भी, आशू के मामले के नाल भी, बिजली समझौते रद्द ना करन के मामले ते भी, तुसी ऑनर हो अपना जगतार सिंह सिद्धू साहब जी। सत श्री अकाल सिद्धू साहब। सिद्धू साहब, कई सारे मसले ने, मैं संखेप तुहाडे फायदा लवांगा सारे पक्षां ते। विधानसभा की कार्रवाई की महसूस करदे हो? ते दिल्ली दंगियां दे मामले दे विच दोषियां ते तां परचे दर्ज हो गए ने, ते इस दौरान जिहड़ा हैगा जिहड़े वड्डे नेता ने कपिल मिश्रा वर्गे, अनुराग ठाकुर वर्गे, प्रवेश वर्मा वर्गे लोगों के बारे कहा जा रहा कि केंद्र कहिंदा इन्हां ते दर्ज नहीं कराया जा सकता मुकदमा, इहदा मतलब मॉब लिंचिंग ते सरकारी मोहर लगी है? दो मुद्दियां ते प्लीज़ जी। ट्रंप साहब, बहुत ही अहम मामला असल जे देखा जाए तो यह मैं कहांगा कि मुल्क की बदकिस्मती है। पिछले काफ़ी दिनों तो भारतीय जनता पार्टी लगातार जिहड़े इदां दे बयान दिंदे आ लोग जिहड़े नफरत फैलाउण वाले आ उहनां नूं डिफेंड करदी आ रही है। ये मतलब पहला मौका नहीं, इस तो पहला भी है। हुण इस देश के अंदर अमित शाह नालों तो कोई वध पावरफुल जिहड़ा हैगा होम मिनिस्टर हो नहीं सकता, जिहड़ा एक अपने आप नूं बड़ा तकड़ मिनिस्टर के तौर पर पेश करता है। वो कोल होम मिनिस्ट्री, वो कोल सार पुलिस सारी, वो कोल टोटल जिहड़ा हैगा ग्रिप दिल्ली की उन्हां कोल आ। ते जे दिल्ली च अग लग रही है देश की कैपिटल के अंदर आ, तो असी गल करते हैं पाकिस्तान दियाँ, असी गल करते हैं दूजे कंट्री दियाँ, तो समझ लगती साडा मुल्क दूजे मुल्क नालों वखरा किवें है। जे असी अपनी कैपिटल दे विच इदां अगां ला रहे हैं, कौन ला रहा है? जिहड़ियां 35-37 लाशां की गिनती लोग जिहदे ते राजनीतिक रोटियां सेक रहे हैं, तो 35-37 है तो उहना साहब पता नहीं गिनती तां कितों वड्डी होएगी। असी जाणदे हां अपनी पुलिस नूं वी, सिस्टम नूं वी, कि किन्नियां कु पारदर्शी है इह। बिल्कुल सिद्धू साहब, जिवें पत्रकारां ते हमले हो रहे ने, पत्रकार हैलमेट पा के जांदे सी, ओह वी हुण हट के कवरेज नहीं हो रही, कि अंदर हालात की ने? बहुत ही साडे मुल्क दे लई, साडी डेमोक्रेसी दे लई इह बड़ी मंदभागी गल है। जिस तरीके दे नाल पत्रकारां दे उत्ते हमले होए, उस तों वी माड़ी गल इह है कि बीजेपी दे जिहड़े स्पोक्स परसन है, सर मैं तां हुण डिबेट्स दे विच जिहड़ियां डिफरेंट चैनल ते आउंदा इहनां दे सुणदा देखदा हां, तां उह डिफेंड कर रहे इस गल नूं कि कह रहे कि जी मीडिया हैगा जिहड़ा इदां दे जिहड़े बैड एलीमेंट है उहनां नूं इह प्रमोट कर रहे हैं, इस करके जिहड़ा हैगा पत्रकारां दी भी रिस्पोंसिबिलिटी। और बल्कि उल्टा पत्रकारां नूं कह रहे कि कंट्री दे अंदर जे नफरत फैल रही है ते इहदे लई पत्रकार जिम्मेवारी है कि जी रीव गल आ दसो, ਤੁਸੀਂ ਅੱਗਾਂ ਆਪ ਲਾ ਰਹੇ ਹੋ, ਤੀਲੀਆਂ ਆਪਣੇ ਹੱਥਾਂ 'ਚ ਲਈ ਫਿਰਦੇ ਹੋ, ਤੇ ਗਰੀਬ ਪੱਤਰਕਾਰ ਕੁੱਟੇ ਜਾ ਰਹੇ, ਉਹਨਾਂ ਦੇ ਕੈਮਰੇ ਖੋਏ ਜਾ ਰਹੇ, ਉਹਨਾਂ ਦੇ ਸਿਰ ਫਾੜੇ ਜਾ ਰਹੇ, ਤੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਦੇਸ਼ ਚੱਕਾਂ ਦਵਾ ਰਹੇ ਆ ਜਾਂ ਇਹ ਨਫ਼ਰਤ ਫੈਲਾ ਰਹੇ जी। सिद्धू साहब, दूसरा पंजाब विधानसभा 'ਚ कई सारे अहम मसलों पर गल हुई है। एन के शर्मा कहिंदे अमन अरोड़ा तां जी धर्म विरोधी ने, क्योंकि अमेरिकन गावां दे मामले दे विच उन्होंने कह दिता कि भाई ये जानवर ही नहीं हैगे। सो मुद्दा बहुत अहम है। 300 तो वध लोगों की आवारा पशुओं के कारण मौत पंजाब हर साल होती है, इस तो भी राशि बढ़ रही है। 250 करोड़ रुपया तुहाडे बठिंडे इलाके च चरवाहे और लै जांदे ने, घोड़ा ब्रिगेड वाले जिहड़े राखी करदे ने, 500 रुपया प्रति एकड़। आवारा सानां दा, आवारा गावां दा अतवाद वध रहा, इस बारे नकेल पाउण दी कोई गल नहीं। जे ये मता लिया इन्हें अमन अरोड़ा और इन्हां नूं एंटी मनुखता दस्या जा रहा, एंटी हिंदू धर्म दस्या जा रहा जी। ਟਵਾਣਾ ਸਾਹਿਬ, ਜਿਹੜਾ ਇਹ ਸਰਕਾਰ ਦੀ, ਜੇ ਆਪਾਂ ਮੈਂ ਪਹਿਲਾਂ ਕੈਪਟਨ ਅਮਰਿੰਦਰ ਸਰਕਾਰ ਦੀ ਗੱਲ ਕਰਾਂਗਾ, ਇਹਦੀ ਨੋਨ ਸੀਰੀਅਸਨੈਸ ਦਾ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਜਿਹੜਾ ਵਿਧਾਨ ਸਭਾ ਦੇ ਅੰਦਰ ਜਿਹੜਾ ਮਤਾ ਆਉਂਦਾ ਹੈ, ਕਿਉਂਕਿ ਅੱਜ ਥਰਸਡੇ ਸੀ ਤਾਂ ਇਹਨੂੰ ਨੋਨ ਅਫੀਸ਼ੀਅਲ ਡੇ ਕਹਿੰਦੇ ਆ ਸਦਨ ਦੇ ਅੰਦਰ, ਤਾਂ ਇਹਦੇ 'ਚ ਗੈਰ ਸਰਕਾਰੀ ਜਿਹੜੀ ਧਿਰ ਹੈਗੀ ਹੈ ਉਹ ਮਤਾ ਲੈ ਕੇ ਆਉਂਦੀ ਹੈ, ਤਾਂ ਜਿਹਦੇ 'ਚ ਅਮਨ ਅਰੋੜਾ ਨੇ ਇਹ ਮਤਾ ਲੈ ਕੇ ਆਉਂਦਾ। ਜਿਸ ਤਰੀਕੇ ਨਾਲ ਪੰਜਾਬ ਦੀ ਸਥਿਤੀ ਇਸ ਵੇਲੇ ਬਣੀ ਵੀ ਹੈ, ਤੁਸੀਂ ਅੰਦਾਜ਼ਾ ਲਾਓ ਕਿ ਕਿਸਾਨ ਜਿਹੜੇ ਸੁਈਸਾਈਡ ਕਰ ਰਹੇ ਆ, ਉਹਨਾਂ ਦੇ ਇਕਨੋਮਿਕ ਇਸ਼ੂ, ਫਸਲਾਂ ਦੇ ਭਾਅ ਤਾਂ ਵੱਖਰੇ ਮਾਮਲੇ ਹੈ। ਤੁਸੀਂ ਇਹ ਦੇਖੋ ਕਿ ਦਿਨੇ ਕੰਮ ਕਰਦੇ ਆ, ਰਾਤ ਨੂੰ ਜੇ ਤੁਸੀਂ ਹੁਣ ਵੀ ਟਵਾਣਾ ਸਾਹਿਬ, ਆਪਾਂ ਸਾਰੇ ਪੇਂਡੂ ਬੈਕਗਰਾਉਂਡ ਵਾਲੇ ਹੈ, ਪਿੰਡਾਂ 'ਚ ਚੱਕਰ ਮਾਰ ਕੇ, ਨਿਗਾਹ ਮਾਰ ਕੇ ਦੇਖੋ ਕਿ ਇਸ ਵੇਲੇ ਲੋਕ ਆਪਣੇ ਚੁਰਸਤਿਆਂ 'ਤੇ ਬੈਠੇ ਹੁੰਦੇ ਆ, ਰਸਤਿਆਂ 'ਤੇ ਬੈਠੇ ਹੁੰਦੇ ਆ, ਕੋਈ ਵਾਰਾ ਡੰਗਰ ਜਿਹੜਾ ਅੱਗੇ ਨਾਲ ਨਿਕਲ ਜਾਵੇ, ਫਿਰ ਲੋਕਾਂ ਦੀਆਂ ਆਪਸ 'ਚ ਦੁਸ਼ਮਣੀਆਂ ਪੈ ਜਾਂਦੀਆਂ। ਪਿੰਡਾਂ 'ਚ ਲੋਕਾਂ ਨੇ ਪੈਸੇ ਦੇ ਕੇ ਇਕੱਠੇ ਕਰਕੇ ਇੱਕ ਟਰਾਲੀ ਭਰ ਕੇ ਦੂਜੇ ਪਿੰਡ 'ਚ ਛੱਡਿਆ ਹੁੰਦਾ, ਦੂਜੇ ਵਾਲਾ ਤੀਜੇ ਪਿੰਡ 'ਚ ਛੱਡਿਆ ਹੁੰਦਾ, ਕਦੇ ਉਹ ਡੀ ਸੀ ਦਫ਼ਤਰਾਂ 'ਚ ਲੈ ਕੇ ਤੁਰੇ ਫਿਰਦੇ ਆ,
ਇਹ ਸਭ ਤੋਂ ਵੱਡੀ ਤਾਂ ਸਰਕਾਰ ਦੀ ਨਲਾਇਕੀ ਹੈ, ਕੈਪਟਨ ਅਮਰਿੰਦਰ ਸਰਕਾਰ ਦੀ। ਮਤਲਬ ਇਹਦੇ ਤੇ ਵੀ ਜੇ ਹੁਣ ਆਪਾਂ ਕਹੀਏ ਕਿ ਕੇਂਦਰ ਸਰਕਾਰ ਨੇ, ਮੋਦੀ ਨੇ ਫੈਸਲਾ ਲੈਣਾ ਹੈ ਤਾਂ ਬਹੁਤ ਹੀ ਮਾੜੀ ਗੱਲ ਹੈਗੀ ਹੈ। ਜਿਹੜਾ ਤੁਸੀਂ ਅਕਾਲੀ ਦਲ ਦੇ MLA ਦੀ ਗੱਲ ਕੀਤੀ ਹੈ ਐਨ ਕੇ ਸ਼ਰਮਾ ਦੀ, ਇਹ ਤਾਂ ਏਦਾਂ ਦੇ ਮੁੱਦੇ ਤੇ ਵੀ ਦੇਖੋ ਨਾ, ਧਰਮ ਦੀ ਗੱਲ ਤੇ ਹੋਰ ਲੈ ਕੇ ਆਉਂਦੇ। ਮਸਲਾ ਤਾਂ ਇਹ ਹੈਗਾ ਕਿ ਵੱਡੀ ਪੱਧਰ ਦੇ ਪਿੰਡਾਂ 'ਚ ਤੁਸੀਂ ਆਪ ਹੀ ਕਹਿ ਰਹੇ ਹੋ ਪਰੇਸ਼ਾਨੀਆਂ ਲੋਕਾਂ ਨੂੰ। ਥੈਂਕ ਯੂ ਪਸ਼ੂਆਂ ਦੇ ਉੱਤੇ। ਥੈਂਕ ਯੂ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਬਾਈ ਜੀ ਜਗਤਾਰ ਸਿੰਘ ਸਿੱਧੂ ਜੁੜੇ ਸੀ ਆਪਣੇ ਨਾਲ। ਸਵਾਗਤ ਹੈ ਸਰ ਤੁਹਾਡਾ। ਸਰੋਤੇ ਇੱਕ ਜੁੜੇ ਨੇ। ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਬਾਈ ਜੀ, ਮੈਂ ਦਮਨਵੀਰ ਬੋਲ ਰਿਹਾ ਸੀ ਜੀ। ਹਾਂ ਦਮਨ ਜੀ, ਸਵਾਗਤ ਹੈ ਤੁਹਾਡਾ। ਛੋਟੀ ਜੀ ਗੱਲ ਹੀ ਕਰਨੀ ਆ, ਮੈਂ ਥੈਂਕ ਗੋਡ ਅੱਜ ਮੇਰਾ ਫੋਨ ਮਿਲਿਆ, ਮੈਂ ਬਹੁਤ ਦਿਨਾਂ ਦਾ ਟਰਾਈ ਕਰ ਰਿਹਾ। ਮੈਂ ਇੱਕ ਗੱਲ ਕਰਨੀ ਚਾਹੂੰਗਾ, ਆਪਾਂ, ਮੈਂ ਕੋਈ ਕੱਟੜ ਬੰਦਾ ਨਹੀਂ ਹੈਗਾ, ਪਰ ਕਈ ਵਾਰੀ ਜਦੋਂ ਇਤਿਹਾਸ ਪੜ੍ਹੀਦਾ ਤੇ ਅੱਜ ਦਾ ਸਮਾਂ ਪੁਰਾਣੇ ਅੱਜ ਤੋਂ 60-70 ਸਾਲ ਪਹਿਲਾਂ ਦੇ ਇਤਿਹਾਸ ਦੇ ਵਿੱਚ ਨਜ਼ਰ ਆਉਂਦਾ। ਜਦੋਂ 1947 ਦੇ ਵਿੱਚ ਜਦੋਂ ਟੇਬਲ ਟਾਕ ਹੋ ਰਹੀ ਸੀ ਨਾ, ਤੇ ਮੁਹੰਮਦ ਜਨਾਹ ਨੇ ਇੱਕ ਪੇਪਰ ਵੇਟ ਚੱਕ ਕੇ ਆਪਦੇ ਹੱਥ ਦੇ ਵਿੱਚ ਕਿਹਾ, ਕਹਿੰਦਾ ਜੇ ਮੇਰੇ ਕੋਲੇ ਇੰਨੀ ਜਗ੍ਹਾ ਵੀ ਹੋਵੇ ਨਾ, ਮੈਂ ਤਾਂ ਵੀ ਕਹਿ ਸਕੂੰਗਾ ਵੀ ਆ ਮੇਰੀ ਜਗ੍ਹਾ। ਕਹਿੰਦਾ ਤੁਸੀਂ ਇਹਨਾਂ ਲੋਕਾਂ ਨੂੰ 950 ਸਾਲ ਗੁਲਾਮ ਦੇਖਿਆ, ਜਦੋਂ ਇਹ ਰਾਜਾਸ਼ਾਹੀ ਕਰਨਗੇ ਨਾ, ਕਹਿੰਦਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣੀ। ਅੱਜ ਉਹ ਦਿਨ ਤੁਹਾਡੇ ਸਾਹਮਣੇ ਆ ਰਹੇ ਆ। ਅਸੀਂ ਕਿਸੇ ਧਰਮ ਨੂੰ, ਕਿਸੇ ਨੂੰ ਅਸੀਂ ਟਾਰਗੇਟ ਨਹੀਂ ਕਰਦੇ, ਪਰ ਮੈਂ ਸਿਰਫ ਆਹੀ ਗੱਲ ਕਹਿਣੀ ਚਾਹੂੰਗਾ ਵੀ ਤੁਸੀਂ ਅੱਜ ਇਹਨਾਂ ਦਾ ਰਾਜ ਭਾਗ ਦੇਖ ਰਹੇ ਹੋ। ਮੰਦਿਰਾਂ ਨੂੰ, ਮਸਜਿਦਾਂ ਨੂੰ ਢਾ ਕੇ ਮੰਦਿਰ ਬਣਾਏ ਜਾ ਰਹੇ ਆ, ਮੁਸਲਮਾਨਾਂ ਦੇ ਨਾਮਾਂ ਦੇ ਸ਼ਹਿਰਾਂ ਨੂੰ ਬਦਲਾ ਕੇ ਆਪਦੇ ਨਾਮ ਰੱਖੇ ਜਾ ਰਹੇ ਆ, ਇਹਨਾਂ ਤੇ ਮੁਗਲਾਂ 'ਚ ਫਰਕ ਕੀ ਰਹਿ ਗਿਆ? ਬਿਲਕੁਲ, ਜੇ ਉਹ ਕਰਦੇ ਸੀ ਉਹੀ ਇਹ ਕੁਛ ਕਰ ਰਹੇ ਨੇ, ਪਰ ਫਰਕ ਕੀ ਰਹਿ ਗਿਆ? ਉਹੀ ਇਹ ਕੁਛ ਕਰ ਰਹੇ ਨੇ, ਉਹ ਤਾਂ ਸ਼ਰੇਆਮ ਦੁਸ਼ਮਣੀ ਪਾਉਂਦੇ ਸੀ, ਇਹ ਤਾਂ ਗੋਦੀ ਦੇ ਵਿੱਚ ਬਹਿ ਕੇ ਦੁਸ਼ਮਣੀ ਪਕਾ ਰਹੇ ਨੇ ਆਪਦੇ ਭਰਾਵਾਂ ਦੇ ਨਾਲ, ਜਿਨ੍ਹਾਂ ਦੇ ਨਾਲ ਸਾਡੇ ਕੰਮ ਸਾਂਝੇ ਆ, ਜਿਨ੍ਹਾਂ ਦੇ ਨਾਲ ਅਸੀਂ ਇਲਾਕਿਆਂ ਦੇ ਵਿੱਚ ਰਹਿੰਦੇ ਹਾਂ, ਉਹਨਾਂ ਨੂੰ ਮਾਰ ਰਹੇ ਨੇ। ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਤਾਂ ਆਪਦੀ ਗਲੀ ਦੇ ਕੁੱਤੇ ਦੇ ਡੰਗ ਨਹੀਂ ਮਾਰ ਸਕਦੇ, ਇਹ ਲੋਕਾਂ ਦੇ ਘਰ ਨੂੰ ਅੱਗ ਕਿਵੇਂ ਲਾ ਰਹੇ ਨੇ, ਐਡੇ ਜਿਗਰੇ ਇਹਨਾਂ ਦੇ ਕਿੱਥੋਂ ਆਏ ਆ? ਥੈਂਕ ਯੂ ਦਮਨਵੀਰ ਜੀ, ਥੈਂਕ ਯੂ। ਕੈਨੇਡਾ ਤੋਂ ਦਮਨਵੀਰ ਜੀ ਜੁੜੇ ਨੇ, ਬੜੇ ਹੋਣਹਾਰ ਸ਼ਖਸੀਅਤ ਨੇ, ਬੜੇ ਪੜ੍ਹੇ ਲਿਖੇ ਪਰਿਵਾਰ 'ਚੋਂ ਨੇ। ਅਤੇ ਬਿਲਕੁਲ, ਕਿਸੇ ਦੇ ਧਾਰਮਿਕ ਸਥਾਨ 'ਤੇ ਜਾ ਕੇ ਦੂਸਰੇ ਧਰਮ ਦਾ ਝੰਡਾ ਲਹਿਰਾਉਣਾ, ਹੁਣ ਫਰਕ ਕੀ ਹੈ? ਦ ਵਾਇਰ ਦੇ ਰਿਪੋਰਟਰ ਅਨਿਲ ਦੁਬੇ ਨੇ ਸਪਸ਼ਟ ਕਰ ਦਿੱਤਾ ਕਿ ਉਹ ਵੀਡੀਓ ਜਿਹੜੀ ਇੱਕ ਮਸਜਿਦ ਦੇ ਜਿਹੜਾ ਮੀਨਾਰ ਹੈ ਉਸ 'ਤੇ ਜੋ ਸ਼੍ਰੀ ਹਨੂੰਮਾਨ ਦਾ ਝੰਡਾ ਜਾਂ ਭਾਰਤ ਦਾ ਝੰਡਾ ਲਹਿਰਾਇਆ ਜਾ ਰਿਹਾ, ਉਹ ਵੀਡੀਓ ਦ ਵਾਇਰ ਦੇ ਰਿਪੋਰਟਰ ਨੇ ਤਿਆਰ ਕੀਤੀ ਸੀਗੀ। ਅਤੇ ਉਸ ਮਸਜਿਦ ਨੂੰ ਜਦੋਂ ਢਾਇਆ ਜਾ ਰਿਹਾ ਸੀ, ਅੱਗ ਲਾਈ ਜਾ ਰਹੀ ਸੀ, ਤਾਂ ਇੱਕ ਪੰਡਿਤ ਜੀ ਨੇ ਆਪਣੇ ਘਰੋਂ ਟੁੱਲੂ ਪੰਪ ਲਾ ਕੇ ਉਸ ਅੱਗ ਨੂੰ ਵੀ ਬੁਝਾਇਆ। ਕਹਿਣ ਦਾ ਮਤਲਬ ਹੈ ਕਿ ਹਿੰਦੂ ਧਰਮ ਦੇ ਵਿੱਚ ਵੀ ਬੜੇ ਅੱਛੇ ਲੋਕ ਨੇ, ਹਰ ਧਰਮ ਦੇ ਵਿੱਚ ਅੱਛੇ ਅਤੇ ਬੁਰੇ ਲੋਕ ਹੈਗੇ ਨੇ। ਸੋ ਇਹ ਜਿਹੜੀ ਹਿੰਸਾ, ਇਸ ਦਾ ਚੰਦ ਲੋਕ ਹਿੰਦੂ ਧਰਮ ਦੇ ਨਾਂ 'ਤੇ ਇਸ ਨੂੰ ਕੈਸ਼ ਕਰ ਰਹੇ ਨੇ, ਅਤੇ ਪਿੱਛੇ ਸਾਰਾ ਕਾਰਪੋਰੇਟ ਜਗਤ ਹੈ। ਸੋ ਇਸ ਤਰ੍ਹਾਂ ਦੀ ਮਜ਼੍ਹਬੀ ਨੀਤੀ ਜਿਹੜੀ ਹੈ ਉਹ ਕੈਸ਼ ਕੀਤੀ ਜਾ ਰਹੀ ਹੈ। ਤੁਸੀਂ ਆਨਰ ਹੋ ਸਰ? ਹੈਲੋ ਜੀ, ਹੈਲੋ, ਆ ਬਨਵਾਸ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਟਵਾਣਾ ਜੀ। ਸਤਿ ਸ਼੍ਰੀ ਅਕਾਲ ਬਨਵਾਸ ਜੀ, ਸਵਾਗਤ ਤੁਹਾਡਾ ਪਰ ਤੋਂ। ਦੇਖੋ ਜੀ, 125-30 ਕਰੋੜ ਦੀ ਆਬਾਦੀ ਜਿਹੜੀ ਰਹਿ ਰਹੀ ਹੈ ਉੱਥੇ, ਉਹਨਾਂ ਨੂੰ ਤੁਸੀਂ ਵੇਖੋ ਕਿ ਉਹਨਾਂ ਨੂੰ ਕੀ ਚਾਹੀਦਾ ਜੇ। ਉਹਨਾਂ ਨੂੰ ਸਵੇਰੇ ਕੰਮ ਤੇ ਜਾਣਾ ਜੀ, ਸ਼ਾਮ ਨੂੰ ਆਪਣੇ ਬੱਚਿਆਂ ਦੇ ਵਿੱਚ ਆ ਕੇ ਬੈਠਣਾ, ਇੰਨਾ ਕੁ ਪੈਸਾ ਕਮਾ ਕੇ ਲਿਆਉਣਾ ਕਿ ਜਿਹਦੇ ਨਾਲ ਉਹਨਾਂ ਦੀ ਰੋਜ਼ੀ ਰੋਟੀ ਤੇ ਚੰਗੀ ਪਰਵਰਿਸ਼ ਕਰ ਸਕਣ ਜੀ, ਅੱਛੀ ਐਜੂਕੇਸ਼ਨ ਮਿਲ ਜਾਏ, ਅੱਛੀ ਹੈਲਥ ਸਿਸਟਮ ਮਿਲ ਜਾਏ, ਅੱਛਾ ਰਹਿਣਾ ਸਹਿਣਾ ਬਣ ਜਾਏ, ਇੰਨੀ ਕੁ ਫਿਕਰ ਹੁੰਦੀ ਹੈ ਉਹਨਾਂ ਨੂੰ। ਕਿਸੇ ਨੂੰ ਕੋਈ ਨਹੀਂ ਹੈਗਾ ਵੀ ਕਿਹੜਾ ਕਿਹੜੇ ਧਰਮ ਦੇ ਅੰਦਰ ਹੈਗਾ, ਕਿਹੜਾ ਕਿਹੜੇ ਧਰਮ ਨੂੰ ਮੰਨ ਰਿਹਾ, ਕਿਹੜਾ ਕਿਹੜਾ ਨੂੰ ਨਹੀਂ ਮੰਨ ਰਿਹਾ ਜੀ। ਇਹ ਸਭ ਪੰਗੇ ਕੌਣ ਪਾਉਂਦਾ ਜੇ? ਪੰਗੇ ਪਾਉਂਦੇ ਨੇ ਲੀਡਰ ਲੋਕ। ਪਬਲਿਕ ਚਾਹੁੰਦੀ ਹੈ ਸ਼ਾਂਤੀ ਦੇ ਨਾਲ ਰਹਿਣਾ, ਹੱਸ ਖੇਡ ਕੇ ਆਪਣੀ ਜ਼ਿੰਦਗੀ ਨੂੰ ਜੀਣਾ, ਆਪਣੇ ਬੱਚਿਆਂ ਨੂੰ ਆਪਣੀ ਪਰਵਰਿਸ਼ ਨੂੰ ਪਾਲਣਾ ਕਰਨਾ। ਲੀਡਰਾਂ ਦੇ ਕੰਮ ਨੇ ਆਪਣੇ ਆਪ ਨੂੰ ਸੱਤਾ 'ਚ ਰੱਖਣਾ ਜੀ, ਉਸ ਸੱਤਾ 'ਚ ਰੱਖਣ ਲਈ ਪੋਲਰਾਈਜੇਸ਼ਨ ਕਰਨਾ, ਲੋਕਾਂ ਦੇ ਦਿਮਾਗ ਦੇ ਅੰਦਰ ਇਹੋ ਜਿਹੇ ਕੀੜੇ ਵਾੜ ਦੇਣਾ ਜਿਹਦੇ ਨਾਲ ਉਹ ਆਪਸ ਅੰਦਰ ਲੜਦੇ ਰਹਿਣ, ਇਹ ਮੌਜਾਂ ਆਪਣੀਆਂ ਕਰਦੇ ਰਹਿਣ। ਬਿਲਕੁਲ ਬਨਵਾਸ ਸਾਹਿਬ, ਬਿਲਕੁਲ, ਥੈਂਕ ਯੂ। ਹਾਂ ਹਾਂ, ਪਲੀਜ਼ ਜੀ ਜੀ, ਕੰਟੀਨਿਊ ਜੀ, ਕੰਟੀਨਿਊ ਸਰ। ਮੈਂ ਕਿਹਾ ਇਹ ਕੰਮ ਹੋ ਰਿਹਾ ਜੀ ਇੰਡੀਆ ਦੇ ਅੰਦਰ। ਹੁਣ ਤੁਸੀਂ ਦੇਖੋ ਕਿ ਬਾਹਰਲੇ ਕਿਹਾ ਜਾ ਰਿਹਾ ਬੰਗਲਾਦੇਸ਼ ਦੇ ਅੰਦਰ ਧਾਰਮਿਕ ਪ੍ਰਤਾੜਨਾਵਾਂ ਜਿਹੜੀਆਂ ਨਾਲ ਹੋਣਗੀਆਂ, ਜਾਂ ਪਾਕਿਸਤਾਨ 'ਚ ਹੋਣਗੀਆਂ, ਜਾਂ ਅਫਗਾਨਿਸਤਾਨ 'ਚ ਹੋਣਗੀਆਂ। ਤੁਸੀਂ ਪਹਿਲੇ ਆਪਣੇ ਹਿੰਦੁਸਤਾਨ ਦੇ ਅੰਦਰ ਰੋਜ਼ ਦੰਗੇ ਹੋ ਰਹੇ ਨੇ, ਆਹ ਦਿੱਲੀ 'ਚ ਤਾਜ਼ਾ ਹੋ ਰਹੇ ਨੇ, ਉਹਨਾਂ ਨੂੰ ਤੇ ਸੰਭਾਲ ਨਹੀਂ ਸਕਦੇ, ਤੇ ਬਾਹਰਲੇ ਮੁਲਕਾਂ ਦੇ ਅੰਦਰ ਕੀ ਹੋਏਗਾ ਉਹਨਾਂ ਲੋਕਾਂ ਦੇ ਲਈ ਫਿਕਰਾਂ ਕਰਦੇ ਪਏ ਹੋ, ਆਪਣੇ ਘਰ ਨੂੰ ਤੇ ਪਹਿਲੇ ਸੰਭਾਲ ਲਵੋ। ਥੈਂਕ ਯੂ ਬਨਵੈਸ ਸਾਹਿਬ, ਥੈਂਕ ਯੂ। ਰਾਜਦੀਪ ਚਹਿਲ, ਨਰਿੰਦਰ ਭੁੱਲਰ, ਗੁਰਨਾਰ ਸਿੰਘ ਜਦੋਂ ਅਜਨੌਦਾ ਕਹਿੰਦੇ ਸਿੱਧੂ ਆਮ ਆਦਮੀ ਪਾਰਟੀ ਜਾਣ ਦੀ ਗਲਤੀ ਨਹੀਂ ਕਰੇਗਾ,
थैंक यू मनजिंदर गिल साहब, धन्यवाद। मीडिया भी अपना रोल नहीं निभा रहा। हैलो अमन अरोड़ा साहब, हैलो हैलो अरोड़ा साहब बोल रहे हो? अमन अरोड़ा जी स्वागत है तुहाडा। आवाज़ नहीं आ रही, चलो ब्रेक तो बाद इन्हां नाल गलबात करन दी कोशिश करांगे। बड़ा अच्छा बिल लैके आए सी, पर इन्हां ते वी जिहड़ा हैगा दोष ला दिता गया इन कि शर्मा होरां ने कि ये तो गऊ हत्या करवाउणा चाहुंदे ने। किस पासे नूं जा रही है कहानी? जे कोई लोक मुद्दयां दी गल करदा तां फिर उस ते इस तरह दे मजहबी दोष, मजहबां दी राजनीति एन के शर्मा होरी कर रहे ने। एक वक्फा लवेंगे, वक्फे तो बाद आपका इन्होंने मुद्दों पर स्वागत रहेगा। दिल्ली के 38 लोगों के कतलों का जिम्मेवार कौन? की गुंडिया अग लाने वाले FIR दर्ज करने तो अदालतों तो केंद्र सरकार डरदिया ने? यदा मतलब मॉब लिंचिंग सरकारी मोल ला दी गई है, मॉब लिंचिंग लीगलाइज हो गई है, इस बयान तो स्पष्ट है। नवजोत सिंह सिद्धू ने सोनिया नाल मुलाकात की है, कैप्टन अमरिंदर सरकार ते की इसका असर रहेगा? इस वक्फे तो बाद तुहाडी रह जाणगे। फोन नंबर 0175-5156-201-3185-85, इंटरनेशनल कॉल नंबर है। मिलते हैं इस वक्फे तो बाद। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।